ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕਿਵੇਂ ਹੋ ਤੁਸੀਂ ਸਾਰੇ? ਉਮੀਦ ਹੈ ਸਾਰੇ ਜਣੇ ਠੀਕ ਹੋਵੋਗੇ। ਅਤੇ ਅੱਜ ਮੈਂ ਟੋਪਿਕ ਲੈ ਕੇ ਆਈ ਹਾਂ ਜੀ, ਜੋ ਕਿ ਕਾਫੀ ਟਾਈਮ ਤੋਂ ਕਮੈਂਟਸ ਵੀ ਆ ਰਹੇ ਸੀ, ਇੰਨੀ ਹਿੰਮਤ ਹੀ ਨਹੀਂ ਦੱਸਣ ਦੀ, ਪਰ ਅੱਜ ਮੈਂ ਜਿਹੜਾ ਵਾ ਸਾਰਾ ਕੁਝ ਜਿਹੜਾ ਉਹ ਕਲੀਅਰ ਕਰ ਦਾਂਗੀ ਕਿ ਅਜੇਪਾਲ ਨੂੰ ਅਸਲ ਵਿੱਚ ਹੋਇਆ ਕੀ ਸੀ। ਕਿਉਂਕਿ ਇਹ ਕਮੈਂਟ ਇਹ ਬਹੁਤ ਜਾਣੇ ਜਿਹੜੇ ਆ ਉਹ ਪੁੱਛ ਰਹੇ ਆ, ਕਿਉਂਕਿ ਹੁੰਦਾ ਆ ਸਾਰਿਆਂ ਨੂੰ ਕਿ ਇੱਕ ਚੰਗਾ ਭਲਾ ਇੰਨੀ ਵਧੀਆ ਸਿਹਤ ਸੀਗੀ ਉਹਨਾਂ ਦੀ, ਅਤੇ ਅਚਾਨਕ ਉਹਨਾਂ ਨੂੰ ਹੋ ਕੇ ਗਿਆ। ਅਤੇ ਅਸਲ ਵਿੱਚ ਤੁਹਾਨੂੰ ਦੱਸੀਏ ਕਿ ਸਾਨੂੰ ਵੀ ਨਹੀਂ ਇਹ ਪਤਾ ਲੱਗਾ ਕਿ ਉਹਨਾਂ ਨੂੰ ਅਸਲ ਵਿੱਚ ਹੋ ਕੇ ਗਿਆ ਆ। ਬਹੁਤ ਜਿਹੜਾ ਵਾ, ਚਲੋ ਮੈਂ ਉਸ ਦੁੱਖ ਨੂੰ ਬਿਲਕੁਲ ਜਿਹੜਾ ਵਾ ਦੁਬਾਰਾ ਆਪਣੇ ਮਾਇੰਡ 'ਚ ਨਹੀਂ ਲਿਆਉਣਾ ਚਾਹੁੰਦੀ ਸੀ, ਪਰ ਮੇਰੀ ਆਦਤ ਆ ਕਿ ਮੈਂ ਸਾਰਿਆਂ ਦੇ ਕਮੈਂਟਸ ਜਿਹੜੇ ਆ ਰੋਜ਼ ਰੀਡ ਕਰਨੇ ਹੁੰਦੇ ਆ। ਭਾਵੇਂ ਮੇਰੀ ਵੀਡੀਓ 'ਤੇ ਜਦੋਂ ਇੱਕ ਕਮੈਂਟ ਆਉਂਦਾ ਸੀ ਉਦੋਂ ਵੀ ਮੈਂ ਰੀਡ ਕਰਦੀ ਸੀ। ਚਲੋ ਹੁਣ ਬਾਬਾ ਜੀ ਦੀ ਕਿਰਪਾ ਨਾਲ ਤੁਸੀਂ ਸਪੋਰਟ ਕਰ ਰਹੇ ਹੋ ਕਿ ਪਤਾ ਨਹੀਂ, ਹੁਣ ਵੀਡੀਓਜ਼ ਕਰਕੇ ਜਾਂ ਆਪਣਾ ਪਿਆਰ ਮੈਨੂੰ ਦੇ ਰਹੇ ਹੋ, ਸਾਡੇ ਨਾਲ ਖੜ੍ਹੇ ਹੋ, ਬਹੁਤ ਸਪੋਰਟ ਆ ਤੁਹਾਡੀ ਸਾਰਿਆਂ ਦੀ। ਅਤੇ ਮੈਂ ਸਾਰਿਆਂ ਦੇ ਕਮੈਂਟ ਰੀਡ ਕਰਦੀ ਹਾਂ, ਅਤੇ ਓਬਵੀਅਸਲੀ ਕੋਈ 100 ਵਿੱਚੋਂ ਇੱਕ ਕਮੈਂਟ ਕੋਈ ਦੂਸਰਾ ਹੋਏਗਾ, ਬਾਕੀ ਸਾਰਿਆਂ ਨੇ ਮਤਲਬ ਕਿ ਇਹੋ ਕਮੈਂਟ ਪੁੱਛਿਆ ਹੁੰਦਾ ਵਾ। ਅਤੇ ਮੇਰਾ ਵੀ ਫਰਜ਼ ਬਣਦਾ ਕਿ ਮੈਂ ਤੁਹਾਨੂੰ ਆਪਣੀ ਫੈਮਿਲੀ ਮੰਨਦੀ ਹਾਂ, ਕਿ ਮੈਂ ਤੁਹਾਨੂੰ ਦੱਸਾਂ ਕਿ ਅਸਲ ਵਿੱਚ ਹੋਇਆ ਕੀ ਸੀ। ਐਕਚੁਅਲੀ ਜੀ, ਅਸੀਂ ਮਤਲਬ ਕਿ ਅਜੇਪਾਲ ਗਏ ਸੀਗੇ ਪਹਿਲਾਂ ਤਾਂ ਫੀਡ ਲੈਣ, ਜਦੋਂ ਸਵੇਰੇ ਸਵੇਰੇ ਹੀ ਉਹ ਚਲੇ ਗਏ ਸੀਗੇ, ਅਜੇ ਉਹਨਾਂ ਨੇ ਚਾਹ ਪੀਤੀ ਸੀਗੀ ਅਤੇ ਉਹ ਫੀਡ ਲੈਣ ਚਲੇ ਗਏ। ਅਤੇ ਆਣ ਕੇ ਉਹਨਾਂ ਨੇ ਜੀ ਰੋਟੀ ਖਾਧੀ ਆ ਮੇਰੇ ਨਾਲ, ਅਤੇ ਆਪਾਂ ਦੋਵਾਂ ਜਾਣਿਆਂ ਨੇ ਆਪਾਂ ਬੈਠ ਕੇ ਰੋਟੀ ਖਾਧੀ ਆ। ਅਤੇ ਉਹ ਟਾਈਮ ਜਦੋਂ ਮੈਂ ਆਪਣਾ ਰੈਕੋਗਨਾਈਜ਼ ਕਰਦੀ ਹਾਂ ਆਪਣੇ ਮਨ ਵਿੱਚ, ਸੋਚਦੀ ਹਾਂ, ਅਤੇ ਇੰਨਾ ਜ਼ਿਆਦਾ ਹੁੰਦਾ ਆ ਨਾ ਕਿ ਉਦੋਂ ਪਤਾ ਸੀ ਜਦੋਂ ਆਪਾਂ ਰੋਟੀ ਖਾਣ ਡੇ ਸੀ ਕਿ ਸਾਨੂੰ ਸਾਡੀ ਇਹ ਲਾਸਟ ਰੋਟੀ ਹੋਵੇਗੀ, ਕਿ ਆਪਾਂ ਇਹ ਤੋਂ ਬਾਅਦ ਕਦੀ ਮਿਲਾਂਗੇ ਹੀ ਨਹੀਂ, ਕਦੀ ਕੋਈ ਗੱਲ ਹੀ ਨਹੀਂ ਕਰਾਂਗੇ। ਉਦੋਂ ਮਤਲਬ ਕਿ ਬੱਚੇ ਸੀਗੇ ਲਾਗੇ, ਆਪਾਂ ਜ਼ਿਆਦਾ ਕੋਈ ਗੱਲ ਨਹੀਂ ਕੀਤੀ, ਬਸ ਉਹਨਾਂ ਨੇ ਮੈਨੂੰ ਕਿਹਾ ਕਿ ਹਾਂ ਨਾ ਹੁਣ 2 ਦਿਨ ਮੀਂਹ ਆ, ਅਤੇ ਚੱਲ ਤੂੰ ਆਪਣਾ ਕੰਮ ਕੁੰਮ ਮੁਕਾ ਲਾ, ਅਤੇ ਫਿਰ ਆਪਾਂ ਜਿਹੜਾ ਵਾ ਉਹ ਪੱਠੇ ਬਣਾਉਂਦੇ ਹਾਂ। ਕਿਉਂਕਿ ਮੇਰੀ ਆਦਤ ਹੁੰਦੀ ਸੀਗੀ ਕਿ ਮੈਂ ਉਹਨਾਂ ਦੇ ਲਾਗੇ ਖਲੋ ਜਾਣਾ ਜਾ ਕੇ, ਕਿ ਘਰ ਮੈਂ ਆਪਣਾ ਕੰਮ ਕੁੰਮ ਕੰਪਲੀਟ ਕਰ ਲੈਣਾ, ਜਦੋਂ ਉਹਨਾਂ ਨੇ ਆਪਣਾ ਕੰਮ ਕਰਨਾ ਤਾਂ ਮੈਂ ਪੈਲੀ, ਕਿਉਂਕਿ ਆਹ ਸਾਡਾ ਘਰ ਆ ਲਾਗੇ ਪੈਲੀ ਆ, ਅਤੇ ਮੇਰੀ ਆਦਤ ਹੁੰਦੀ ਸੀ ਕਿ ਮੈਂ ਉਹਨਾਂ ਦੇ ਨਾਲ ਨਾਲ ਹੀ ਰਹਿਣਾ, ਕਿਉਂਕਿ ਜਾਂ ਸਿਮਰਤ ਨੇ ਮੇਰੇ ਸਾਡੇ ਨਾਲ ਆ ਜਾਣਾ, ਤੁਸੀਂ ਵੀਡੀਓਜ਼ ਵੀ ਵੇਖੀਆਂ ਹੋਣਗੀਆਂ ਵਲੋਗਸ ਵਿੱਚ ਵੀ ਇੱਦਾਂ ਹੀ ਆ, ਅਤੇ ਸਿਮਰਤ ਨੇ ਮੇਰੇ ਨਾਲ ਆ ਜਾਣਾ ਅਤੇ ਆਪਾਂ ਪੈਲੀ ਵਿੱਚ ਮੈਂ ਬੈਠ ਜਾਣਾ ਲੱਗ ਗਈ ਜਾਂ ਗੱਲਾਂ ਕਰਦੇ ਰਹਿਣਾ, ਅਤੇ ਇੱਦਾਂ ਹੀ ਬਸ ਬੜਾ ਵਧੀਆ ਟਾਈਮ ਲੰਘਣ ਡਿਆ ਸੀ। ਬਹੁਤ ਵਧੀਆ ਲਾਈਫ ਸੀ, ਪਤਾ ਨਹੀਂ ਇੱਕ ਮਿੰਟ ਵਿੱਚ ਕੀ ਹੋ ਗਿਆ, ਲਾਈਫ ਸਾਰੀ ਪਲਟੀ ਗਈ ਆ ਜਿਹੜੀ, ਉਹ ਤਾਂ ਕਦੀ ਟਰੈਕ 'ਤੇ ਹੁਣ ਆਉਣੀ ਹੀ ਨਹੀਂ, ਉਹ ਤਾਂ ਮੈਨੂੰ ਵੀ ਪਤਾ। ਹਾਂ, ਜੋ ਮੇਰੇ ਸਿਰ 'ਤੇ ਰਿਸਪੋਂਸੀਬਿਲਟੀਆਂ ਵਾ ਉਹ ਮੈਂ ਜ਼ਰੂਰ ਪੂਰੀਆਂ ਕਰਾਂਗੀ, ਜਿੱਥੋਂ ਤੱਕ ਮੇਰਾ ਦਿਲ ਆ ਮਾਨ ਆ ਕਿ ਮੈਂ ਆਪਣੇ ਬੱਚਿਆਂ ਨੂੰ ਗਾੜੀ ਵਧੀਆ ਫਿਊਚਰ ਦੇ ਦਾਂ। ਅਤੇ ਬਾਕੀ ਦੂਸਰਾ, ਉਹ ਤੋਂ ਬਾਅਦ ਆਪਾਂ ਰੋਟੀ ਖਾਧੀ ਆ, ਐਂਡ ਉਹ ਆਪਣਾ ਮਤਲਬ ਕਿ ਲੰਮੇ ਪੈ ਗਏ ਨੇ, ਅਤੇ ਆਪਣੀ ਮੈਡੀਸਿਨ ਵਗੈਰਾ ਲਈ ਆ ਜਿਹੜੀ ਉਹ ਖਾਂਦੇ ਸੀ, ਅਤੇ ਮੈਡੀਸਿਨ ਖਾਂਦੇ ਸੀ ਰੋਜ਼ ਨੋਰਮਲ, ਫਿਰ ਉਹ ਲੰਮੇ ਪੈ ਗਏ ਨੇ ਆਪਣਾ, ਅਤੇ ਉਹ ਮੋਬਾਈਲ ਦੇਖ ਰਹੇ ਨੇ। ਚਲੋ ਮੈਂ ਜਿਹੜੀਆਂ ਉਹ ਬਾਹਰ ਚਲ ਗਈਆਂ, ਉਹ ਕਿ ਆਪਣਾ ਭਾਂਡੇ ਭੁੰਡੇ ਸੰਭਾਲਣ ਰਸੋਈ ਵਿੱਚ, ਐਂਡ ਚਲੋ ਮੈਨੂੰ ਉੱਥੇ 10 ਮਿੰਟ ਲੱਗ ਗਏ ਹੋਣਗੇ ਸਾਰਾ ਕੰਮ ਕੁੰਮ ਕਰਦਿਆਂ, ਐਂਡ
ਜਦੋਂ ਮੈਂ ਉੱਥੇ ਦੇਖਿਆ ਜਾ ਕੇ ਤਾਂ ਅਜੇ ਪਲ ਨਹੀਂ ਸੀਗੇ। ਸਭ ਤੋਂ ਪਹਿਲਾਂ ਮੈਂ ਦੇਖਿਆ ਉਹਨਾਂ ਨੂੰ, ਮਤਲਬ ਕਿ ਇੱਦਾਂ ਜਿੱਦਾਂ ਇੱਕ ਕਹਿ ਸਕਦੇ ਹਾਂ ਕਿ ਇੱਕ ਮਿੰਟ 'ਚ ਹੀ ਮੈਂ ਜਿੱਦਾਂ ਸਾਰਾ ਕੁਛ ਸੀ ਠੀਕ ਆ ਨੋਰਮਲ ਆ, ਮੈਂ ਬਾਹਰ ਗਈ ਹਾਂ ਐਂਡ ਅੰਦਰ ਆ ਕੇ ਦੇਖਿਆ ਮੇਰੀ ਦੁਨੀਆ ਹੀ ਸਾਰੀ ਖਤਮ ਹੋ ਗਈ, ਬਿਲਕੁਲ ਹੀ ਸਾਰਾ ਕੁਛ ਜਿਹੜਾ ਉਹ ਕੁਛ ਸਮਝ ਹੀ ਨਹੀਂ ਆਈ ਕਿ ਬਣ ਕੀ ਗਿਆ। ਮੈਂ ਦੇਖਿਆ ਮੇਰੇ ਉੱਥੇ ਮਤਲਬ ਮੇਰੇ ਹੱਥ ਵਿੱਚ ਫੋਨ ਸੀ ਅਤੇ ਅਨੁਰੀਤ ਨੂੰ ਮੈਂ ਚੁੱਕਿਆ ਹੋਇਆ ਸੀ। ਜਦੋਂ ਮੈਂ ਉਹਨਾਂ ਨੂੰ ਜਾ ਕੇ ਉਹ ਮਤਲਬ ਕਿ ਉਹ ਇੱਦਾਂ ਸਿੱਧੇ ਪੁੱਠੇ ਲੰਮੇ ਪੈ ਗਏ ਸੀਗੇ, ਪੁੱਠੇ ਹੋ ਗਏ ਸੀਗੇ ਅਜੇ ਪਲ, ਅਤੇ ਜਦੋਂ ਮੈਂ ਜਾ ਕੇ ਉਹਨਾਂ ਨੂੰ ਸਿੱਧਾ ਮੈਂ ਸੋਚਿਆ ਕਿ ਚਲੋ ਸੌਂ ਗਏ ਜਦੋਂ ਮੈਂ ਫਸਟ ਜਾ ਕੇ ਦੇਖਿਆ ਮੈਂ ਅਨੁਰੀਤ ਨੂੰ ਉੱਥੇ ਬਿਠਾਤਾ ਆ, ਅਤੇ ਮੈਂ ਕਿਹਾ ਸੌਂਗੇ ਹੁਣ, ਮੈਂ ਕਿਹਾ ਸਿੱਧਾ ਕਰਦੀ ਉਹਨਾਂ ਨੂੰ ਮਤਲਬ ਕਿ ਸਿੱਧਾ ਕਰਦੀਆਂ ਅਤੇ ਹਿਲਾਨੀ ਆ ਕਿ ਚਲੋ ਪੱਠੇ ਵੱਢ ਲਓ ਹੁਣ ਤੁਸੀਂ, ਮਤਲਬ ਆਰਾਮ ਕਰ ਲਿਆ ਤੁਸੀਂ ਖਾਣਾ ਖਾ ਕੇ ਅਤੇ ਚਲੋ ਤੁਸੀਂ ਹੁਣ ਪੱਠੇ ਵੱਢ ਲਓ। ਐਂਡ ਜਦੋਂ ਮੈਂ ਦੇਖਿਆ ਤਾਂ ਉਹਨਾਂ ਦਾ ਬਿਲਕੁਲ ਹੀ ਮਤਲਬ ਕਿ ਜਿੱਦਾਂ ਸਾਹ ਹੀ ਨਹੀਂ ਸੀ ਆਉਣ ਦਿਆ ਉਹਨਾਂ ਨੂੰ, ਬਿਲਕੁਲ ਹੀ ਇੱਦਾਂ ਹੋਏ ਸੀਗੇ। ਅਤੇ ਮੈਂ ਮੰਮਾ ਨੂੰ ਆਵਾਜ਼ ਲਗਾਈ ਆ, ਸਾਰਿਆਂ ਨੂੰ ਆਵਾਜ਼ ਲਗਾਈ, ਲਾਗੇ ਚਾਚਾ ਜੀ ਹੁਣੀ ਗਵਾਂਢੀ ਸਾਰੇ ਆ ਗਏ ਅਤੇ ਉਹਨਾਂ ਨੇ ਮਤਲਬ ਕਹਿੰਦੇ ਕਿ ਚਲੋ ਇਹਨਾਂ ਨੂੰ ਹੋਸਪਿਟਲ ਲੈ ਜਾਂਦੇ ਹਾਂ ਕਿ ਸ਼ਾਇਦ ਕੁਛ ਉਹਨਾਂ ਨੂੰ ਉੱਦਾਂ ਹੋਇਆ ਹੋਵੇ ਜਾਂ ਠੀਕ ਨਾ ਹੋਣ ਜਾਂ ਕੁਛ ਨਾ ਕੁਛ ਇੱਦਾਂ ਦਾ। ਚਲੋ ਉਹਨਾਂ ਨੇ ਹਿੰਮਤ ਵਗੈਰਾ ਵਾਹਵਾ ਦਿੱਤੀ, ਪਰ ਮੈਨੂੰ ਜਿੱਦਾਂ ਬੰਦੇ ਨੂੰ ਅਹਿਸਾਸ ਹੋ ਜਾਂਦਾ, ਮੈਨੂੰ ਜਦੋਂ ਮੈਂ ਉਹਨਾਂ ਨੂੰ ਜਾ ਕੇ ਦੇਖਿਆ ਸਿੱਧਿਆ ਕੀਤਾ ਨਾ ਹੈਂਡ ਵਗੈਰਾ ਲਾਇਆ, ਮੈਂ ਉਦੋਂ ਹੀ ਮੈਨੂੰ ਅਹਿਸਾਸ ਹੋ ਗਿਆ ਕਿ ਅਜੇ ਪਲ ਨਹੀਂ ਆ। ਅਤੇ ਉਹ ਟਾਈਮ ਜਿਹੜਾ ਸੀ ਨਾ ਜਦੋਂ ਆਪਾਂ ਗੱਡੀ ਵਿੱਚ ਉਹਨਾਂ ਨੂੰ ਖੜਿਆ, ਮੇਰੀ ਗੋਦੀ 'ਚ ਪਾ ਕੇ ਮੈਂ ਸਿਰ ਰੱਖਿਆ ਸੀਗਾ ਉਹਨਾਂ ਦਾ, ਅਤੇ ਕਿਤੇ ਨਾ ਕਿਤੇ ਇੱਕ ਆਸ ਸੀਗੀ ਕਿ ਵਾਹਿਗੁਰੂ ਜੀ ਨਹੀਂ ਇੰਨਾ ਮਾੜਾ ਮੇਰੇ ਨਾਲ ਕਰ ਸਕਦੇ, ਅਤੇ ਸ਼ਾਇਦ ਉੱਥੇ ਜਾ ਕੇ ਕੁਛ ਨਾ ਕੁਛ ਉਹ ਕਰਨੇ, ਡਾਕਟਰ ਵੀ ਰੱਬ ਹੁੰਦੇ ਨੇ ਕਹਿੰਦੇ ਆ ਡਾਕਟਰ ਰੱਬ ਨੇ, ਅਤੇ ਜ਼ਰੂਰ ਕੀ ਪਤਾ ਕੁਛ ਨਾ ਕੁਛ ਮੇਰੀ ਲਾਈਫ ਨਾ ਨਾ ਇੱਦਾਂ ਹੋਵੇ ਕਿ ਕਿੱਦਾਂ ਇੱਕ ਆਸ ਸੀ ਜਾਣ ਲੱਗਿਆ, ਇੱਕ ਆਸ ਸੀ। ਚਲੋ ਮੈਂ ਉਹਨਾਂ ਨੂੰ ਹਿਲਾਉਂਦੀ ਗਈ ਹਾਂ, ਬੋਲਦੀ ਗਈ ਹਾਂ, ਰੋਂਦੀ ਵੀ ਗਈ ਹਾਂ ਸਾਰੇ ਉਹ 10-15 ਮਿੰਟ ਜਦੋਂ ਆਪਾਂ ਜਾਣ 'ਤੇ ਲੱਗੇ ਆ, ਬਿਲਕੁਲ ਇੱਕ ਆਸ ਹੀ ਵੀ ਮਨ ਵਿੱਚ ਕਿ ਵਾਹਿਗੁਰੂ ਜੀ ਮੇਰੇ ਨਾਲ ਇੰਨਾ ਮਾੜਾ ਨਹੀਂ ਕਰ ਸਕਦੇ। ਜਦੋਂ ਆਪਾਂ ਉੱਥੇ ਪਹੁੰਚੇ ਹਾਂ ਡਾਕਟਰਾਂ ਨੇ ਮੈਨੂੰ ਨਹੀਂ ਦੱਸਿਆ, ਪਰ ਚਾਚਾ ਜੀ ਹੁਣਾਂ ਨੂੰ ਜਾਂਦਿਆਂ ਉਹਨਾਂ ਨੇ ਚੈੱਕ ਕਰਕੇ ਦੱਸ ਦਿੱਤਾ ਕਿ ਇਹ ਨਹੀਂ ਆ, ਅਤੇ ਚਾਚਾ ਜੀ ਉਹਨਾਂ ਨੇ ਮੈਨੂੰ ਨਹੀਂ ਦੱਸਿਆ। ਮੈਂ ਪੁੱਛਦੀ ਰਹੀ, ਰੋਂਦੀ ਰਹੀ ਸਾਰਿਆਂ ਗਾੜੀ ਕੀ ਹੋਇਆ ਮੈਨੂੰ ਦੱਸੋ ਤਾਂ ਸਹੀ, ਨਾ ਮੈਨੂੰ ਅੰਦਰ ਜਾਣ ਦੇਣ ਨਾ, ਪਰ ਮੈਨੂੰ ਪਤਾ ਲੱਗ ਗਿਆ ਸੀ ਕਿ ਇਹ ਮੈਨੂੰ ਦੱਸ ਨਹੀਂ ਰਹੇ, ਪਰ ਕੁਛ ਨਾ ਕੁਛ ਗਲਤ ਹੋ ਗਿਆ। ਫਿਰ ਮੈਂ ਪਾਪਾ ਜੀ ਦਾ ਮੈਨੂੰ ਫੋਨ ਆਇਆ, ਪਾਪਾ ਜੀ ਉਦੋਂ ਬਾਹਰ ਹੀ ਸੀਗੇ, ਅਤੇ ਮੈਨੂੰ ਪਾਪਾ ਕਹਿੰਦੇ, ਮੈਂ ਕਿਹਾ ਪਾਪਾ ਇਹ ਦੱਸ ਨਹੀਂ ਰਹੇ ਕੁਛ ਵੀ, ਮੈਂ ਕਿਹਾ ਪਤਾ ਨਹੀਂ ਅਜੇ ਪਲ ਨਹੀਂ ਹੈਗੇ ਪਾਪਾ ਨਹੀਂ ਹੈਗੇ, ਮੈਂ ਇੱਦਾਂ ਕਹੀ ਜਾਣ ਡੀਆਂ। ਪਾਪਾ ਕਹਿੰਦੇ ਤੂੰ ਰੋ ਨਾ, ਤੂੰ ਹੌਸਲਾ ਰੱਖ, ਕੋਈ ਗੱਲ ਨਹੀਂ, ਡਾਕਟਰਸ ਚੈੱਕ ਕਰ ਰਹੇ, ਉਹਨਾਂ ਨੇ ਆਪਣਾ ਚੈੱਕ ਚੁੱਕ ਕਰਕੇ ਫਿਰ ਦੱਸਣਾ, ਤੂੰ ਰੋ ਨਾ, ਚੁੱਪ ਕਰ ਜਾ, ਤੂੰ ਟੈਨਸ਼ਨ ਨਾ ਲੈ, ਕੁਛ ਨਹੀਂ ਹੋਇਆ, ਕੁਛ ਨਹੀਂ ਹੋਇਆ। ਪਾਪਾ ਨੇ ਬੜਾ ਹੌਸਲਾ ਦਿੱਤਾ ਫੋਨ ਵਿੱਚ, ਪਰ ਜਦੋਂ ਮੁੜ ਕੇ ਮੇਰੇ ਚਾਚਾ ਜੀ ਨੇ ਗਵਾਂਢੀ ਸੀਗੇ ਚਾਚਾ ਜੀ, ਉਹਨਾਂ ਨੇ ਗੱਲ ਕੀਤੀ ਪਾਪਾ ਨਾਲ, ਫਿਰ ਮੈਨੂੰ ਪਤਾ ਲੱਗ ਗਿਆ ਕਿ ਇਹ ਕੁਛ ਹੋ ਚੁੱਕਿਆ ਵਾ। ਅਤੇ ਬਾਕੀ ਇੱਕ ਮੰਥ ਵੀ ਲੰਘ ਗਿਆ ਵਾ, 2 ਮੰਥ ਵੀ ਲੰਘ ਜਾਣੇ ਆ, ਸਾਲ ਵੀ ਲੰਘ ਜਾਣੇ ਆ, ਪਰ ਉਹ ਕਮੀ, ਉਹ ਗੱਲਾਂ, ਉਹ ਜਿਹੜੇ ਪਲ ਸੀਗੇ ਨਾ ਸਾਡੇ 5-6 ਸਾਲ ਮੈਰਿਜ ਦੇ, ਉਹ ਕਦੀ ਨਹੀਂ ਭੁੱਲਣੇ। ਇੰਨਾ ਕੀਤਾ ਕਦੀ ਨਹੀਂ ਭੁੱਲ ਸਕਦੀ। ਬਾਕੀ ਲਾਈਫ 'ਚ ਬੜੇ ਮੋੜ ਆਉਣੇ ਆ, ਬੜਾ ਕੁਛ ਗਾੜੀ ਆਉਣਾ, ਹੱਸਣਾ ਵੀ ਆ, ਰੋਣਾ ਵੀ ਆ, ਬੱਚਿਆਂ ਦਾ ਵੀ ਗਾੜੀ ਕਾਫੀ ਆ, ਬੱਚਿਆਂ ਦੀ ਗਾੜੀ ਪੜ੍ਹਨਾ ਵਾ, ਬੜਾ ਕੁਛ ਲਾਈਫ 'ਚ ਹੋਣਾ ਆ।
ਪਰ ਉਹ ਚੀਜ਼ ਜੇ ਉਹ ਨਾਲ ਹੁੰਦੇ, ਉਹ ਸਭ ਵੇਖਦੇ, ਉਹ ਮਜ਼ਾ ਹੋਰ ਸੀ, ਉਹ ਦਿਲ 'ਚ ਖੁਸ਼ੀ ਹੋਰ ਸੀ। ਹੁਣ ਆਪਾਂ ਹੱਸਦੇ ਹਾਂ ਪਰ ਅੰਦਰੋਂ ਖੁਸ਼ੀ ਨਹੀਂ ਆ। ਹੱਸਦੇ ਹਾਂ ਲੋਕਾਂ ਨੂੰ ਗਾੜੀ ਵੀ ਆਪਾਂ ਹੱਸਾਂਗੇ, ਲੋਕਾਂ ਨੂੰ ਇਹ ਲੱਗੇਗਾ ਕਿ ਹਾਂ ਉਹ ਹੱਸਦੀ ਖੇਡਦੀ ਆ, ਉਹਨੂੰ ਕੋਈ ਨਹੀਂ ਆ। ਪਰ ਉਹ ਤਾਂ ਮੈਨੂੰ ਪਤਾ ਨਾ, ਮੇਰੇ ਦਿਲ ਨੂੰ ਪਤਾ ਕਿ ਅੰਦਰੋਂ ਖੁਸ਼ੀ ਹੋਣੀ ਅਤੇ ਬਾਹਰੋਂ ਹੱਸਣਾ। ਬਾਕੀ ਜੀ ਮੈਂ ਇੱਕ ਗੱਲ ਕਹਿਣਾ ਚਾਹੁੰਦੀ ਹਾਂ ਕਿ ਬਹੁਤ ਭੈਣਾਂ ਮੇਰੇ ਵਰਗੀਆਂ ਅਤੇ ਇੱਕ ਦੂਜੇ ਵੱਲ ਵੇਖ ਕੇ ਹੀ ਜੀਣ ਦਾ ਹੁੰਦਾ ਆ ਕਿ ਆਪਾਂ ਉਹਨਾਂ ਵੱਲ ਵੇਖ ਲਈਏ, ਆਪਾਂ ਉਹਨਾਂ ਵੱਲ ਵੇਖ ਲਈਏ, ਉਹ ਵੀ ਤਾਂ ਹੈ ਆ, ਉਹ ਵੀ ਤਾਂ ਹੈ ਆ। ਪਰ ਉਹ ਟਾਈਮ ਜਿਹੜਾ ਹੁੰਦਾ ਨਾ, ਉਹ ਜਿਹੜੀ ਕੰਡੀਸ਼ਨ ਹੁੰਦੀ ਆ, ਉਹਦੇ ਵਿੱਚੋਂ ਬਾਹਰ ਨਿਕਲਣਾ ਬੜਾ ਔਖਾ ਹੈ। ਅਤੇ ਉਹ ਜਿੱਤੇ ਬੀਤਦੀ ਆ ਨਾ, ਪਤਾ ਵੀ ਉਹਨੂੰ ਲੱਗਦਾ। ਬੜੀ ਔਖੀ, ਬਹੁਤ ਔਖੀ, ਕਿ ਮੇਰੇ ਨੂੰ ਮੈਨੂੰ ਕਦੀ ਇੰਨਾ ਹੈ ਹੀ ਨਹੀਂ ਸੀ ਕਿ ਇਹ ਮੌਕਾ ਵੀ ਕਦੀ ਆਊਗਾ ਕਿ ਮੈਂ ਇੱਦਾਂ ਆਪਣੇ ਆਪ ਨੂੰ ਮੈਨੂੰ ਖੁਦ ਹੀ ਸਮਝਾਉਣਾ ਪਊਗਾ। ਅਤੇ ਇਹ ਬਹੁਤ ਜ਼ਿਆਦਾ, ਮੈਂ ਦੱਸ ਨਹੀਂ ਸਕਦੀ ਕਿ ਕਿੱਦਾਂ ਦੀ ਫੀਲਿੰਗ ਹੁੰਦੀ ਆ ਜਾਂ ਕਿੱਦਾਂ ਹੁੰਦਾ। ਬਾਕੀ ਕੋਸ਼ਿਸ਼ ਕਰਾਂਗੀ ਗਾੜੀ ਬੱਚਿਆਂ ਨਾਲ ਜੀਣ ਦੀ ਕੋਸ਼ਿਸ਼ ਕਰਾਂਗੀ ਅਤੇ ਬੱਚਿਆਂ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਾਂਗੀ। ਬਾਕੀ ਥੈਂਕ ਯੂ ਜੀ।